ਜੈਜ਼ੀਬੀ ਨੇ ਕੁੜੀਆਂ ਨੂੰ ਆਖਿਆ ਭੇਡਾਂ। ਕਿਸਾਨ ਜਥੇਬੰਦੀ ਨੇ ਚੁੱਕਿਆ ਮੁੱਦਾ। ਮਹਿਲਾਵਾਂ ਨੇ ਰਲ ਕੇ ਫੂਕਿਆ ਜੈਜ਼ੀਬੀ ਦਾ ਪੁਤਲਾ। ਕਿਹਾ ਸਰਕਾਰ ਗਾਣੇ ਤੇ ਲਾਵੇ ਬੈਨ। 10 ਮਾਰਚ ਨੂੰ ਰਿਲੀਜ਼ ਹੋਇਆ ਗਾਣਾ ਮਣਕ ਸ਼ੁਕੀਨ ਦੀ। ਤਾਂ ਇੱਕ ਵਾਰ ਫਿਰ ਤੋਂ ਜੈਜ਼ੀਬੀ ਮੁੜ ਵਿਵਾਦਾਂ ਦੇ ਵਿੱਚ ਆ ਗਏ ਨੇ। ਕਿਸਾਨ ਜਥੇਬੰਦੀ ਅਤੇ ਔਰਤਾਂ ਦੇ ਵੱਲੋਂ ਜੈਜ਼ੀਬੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 10 ਮਾਰਚ ਨੂੰ ਜੈਜ਼ੀਬੀ ਦਾ ਗਾਣਾ ਮਣਕ ਸ਼ੁਕੀਨਾ ਦੀ ਰਿਲੀਜ਼ ਹੋਇਆ ਸੀ। ਇਸ ਗਾਣੇ ਦੇ ਬੋਲ ਸਨ ਮਣਕ ਸ਼ੁਕੀਨਾ ਦੀ ਤੂੰ ਕੀ ਜਾਣਦੀ ਭੇਡੇ। ਹਾਲਾਂਕਿ ਗਾਣੇ ਦੇ ਵਿੱਚ ਜੈਜ਼ੀਬੀ ਇੱਕ ਕੁੜੀ ਦੇ ਨਾਲ ਡਾਂਸ ਕਰਦੇ ਹੋਏ ਵੀ ਨਜ਼ਰ ਆਏ ਨੇ। ਉਸ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਗਿਆ ਕਿ ਮਣਕ ਸ਼ੁਕੀਨਾ ਦੀ ਤੂੰ ਕੀ ਜਾਣਦੀ ਭੇਡੇ। ਪਰ ਕਿਸਾਨ ਜਥੇਬੰਦੀ ਅਤੇ ਔਰਤਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਹੈ ਕਿ ਪੰਜਾਬ ਦੇ ਸੱਭਿਆਚਾਰਕ ਸੰਸਕ੍ਰਿਤੀ ਨੂੰ ਜੈਜ਼ੀਬੀ ਦੇ ਵੱਲੋਂ ਖਰਾਬ ਕੀਤਾ ਗਿਆ ਇਸ ਗਾਣੇ 'ਤੇ। ਜਲਦ ਤੋਂ ਜਲਦ ਪੰਜਾਬ ਸਰਕਾਰ ਬੈਨ ਲਗਾਵੇ ਤਾਂ ਜੈਜ਼ੀਬੀ ਜਿਹੜੇ ਕਿ 20-25 ਸਾਲਾਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੇ ਆ ਰਹੇ ਨੇ। ਵੱਖ ਵੱਖ ਸਮਿਆਂ ਦੇ ਵਿੱਚ ਜੈਜ਼ੀਬੀ ਦੇ ਵੱਖ ਵੱਖ ਢੰਗ ਦੇ ਗਾਣੇ ਆਉਂਦੇ ਰਹੇ ਨੇ। ਕਈ ਵਾਰ ਜੈਜ਼ੀਬੀ ਵਿਵਾਦਾਂ 'ਚ ਰਹੇ ਅਤੇ ਹੁਣ ਫਿਰ ਇੱਕ ਵਾਰ ਜੈਜ਼ੀਬੀ ਵਿਵਾਦਾਂ ਦੇ ਵਿੱਚ ਆ ਗਏ ਨੇ। ਬਰਨਾਲਾ ਵਿਖੇ ਕਿਸਾਨ ਜਥੇਬੰਦੀ ਲੱਖੋਵਾਲ ਦੇ ਵੱਲੋਂ ਗਾਇਕ ਜੈਜ਼ੀਬੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਦਾ ਪੁਤਲਾ ਵੀ ਫੂਕਿਆ ਗਿਆ ਹੈ। ਆਓ ਇਹਨਾਂ ਔਰਤਾਂ ਦੀ ਅਤੇ ਕਿਸਾਨ ਯੂਨੀਅਨ ਲੱਖੋਵਾਲ ਦਾ ਕੀ ਕਹਿਣਾ ਹੈ, ਕਿਉਂ ਗਾਇਕ ਜੈਜ਼ੀਬੀ ਦਾ ਉਹ ਵਿਰੋਧ ਕਰ ਰਹੇ ਨੇ, ਜਾਣਦੇ ਆ। ਮੈਂ ਮਨਵੀਰ ਕੌਰ ਰਾਹੀ, ਜ਼ਿਲ੍ਹਾ ਸਰਪ੍ਰਸਤ BKU ਲੱਖੋਵਾਲ। ਅੱਜ ਅਸੀਂ ਕਚਹਿਰੀ ਚੌਂਕ ਬਰਨਾਲਾ ਦੇ ਵਿੱਚ ਜਿਹੜਾ ਮਸ਼ਹੂਰ ਸਿੰਗਰ ਹੈ ਜੈਜ਼ੀਬੀ, ਅਸੀਂ ਅੱਜ ਅਸੀਂ ਉਹਦਾ ਪੁਤਲਾ ਫੂਕਿਆ। ਦੇਖੋ 8 ਮਾਰਚ ਨੂੰ ਅਸੀਂ ਮਹਿਲਾ ਦਿਵਸ ਮਨਾ ਕੇ ਹਟਦੇ ਹਾਂ ਅਤੇ 10 ਤਰੀਕ ਨੂੰ ਜੈਜ਼ੀ ਬੈਂਸ ਦਾ ਇੱਕ ਗਾਣਾ ਰਿਲੀਜ਼ ਹੁੰਦਾ ਹੈ, ਮੜਕ ਸ਼ਕੀਨਾ ਦੀ ਤੂੰ ਕੀ ਜਾਣਦੀ ਭੇਡੇ। ਇਹ ਜਿਹੜਾ ਭੇਡੇ ਸ਼ਬਦ ਆ ਗਾਣੇ ਦੇ ਵਿੱਚ ਹਰੇਕ ਸਟੈਂਜੇ ਦੇ ਵਿੱਚ ਆਇਆ ਅਤੇ ਜਿਹੜਾ ਭੇਡੇ ਸ਼ਬਦ ਆ ਇਹ ਉਹ ਇੱਕ ਇਸਤਰੀ ਨੂੰ ਪ੍ਰੋਨਾਊਂਸ ਕਰ ਰਿਹਾ ਜੋ ਕਿ ਬਹੁਤ ਹੀ ਮੰਦਭਾਗਾ ਸ਼ਬਦ ਹੈ। ਦੇਖੋ ਇਹ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਪੰਜਾਬੀ ਕਲਚਰ ਆ ਉਸਨੂੰ ਬਦਨਾਮ ਕੀਤਾ ਜਾ ਰਿਹਾ। ਅਸੀਂ ਠੀਕ ਹੈ ਇਹਦੇ ਵਿੱਚ ਸਿੱਠਣੀਆਂ ਦੇ ਵਿੱਚ ਕਦੇ ਕਦੇ ਜਿਹੜੀਆਂ ਸਾਡੀਆਂ ਪੇਂਡੂ ਔਰਤਾਂ ਨੇ ਉਹ ਇੱਕ ਦੂਜੇ ਨੂੰ ਇਹ ਸ਼ਬਦਾਵਲੀ ਵਰਤਦੀਆਂ ਨੇ, ਪਰ ਇਸ ਤਰੀਕੇ ਦੇ ਨਾਲ ਸੱਭਿਆਚਾਰ ਦੇ ਵਿੱਚ ਇਹ ਚੀਜ਼ ਪਰੋਸਣੀ ਕਿ ਮੜਕ ਸ਼ਕੀਨਾਂ ਦੀ ਤੂੰ ਕੀ ਜਾਣਦੀ ਭੇਡੇ ਜਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ, ਹਰੇਕ ਗੱਲ 'ਤੇ ਇਸਤਰੀ ਨੂੰ ਭੇਡ ਕਹਿਣਾ ਇੱਕ ਸ਼ਰਮਨਾਕ ਕਾਰ ਹੈਗਾ। ਸਾਡੇ ਪੰਜਾਬੀ ਕਲਚਰ ਦੀ ਬਦਨਾਮੀ ਹੈ, ਸਾਡੀ ਪੰਜਾਬੀ ਜ਼ਬਾਨ ਦੀ ਬਦਨਾਮੀ ਹੈ। ਔਰ ਜਿਹੜੀਆਂ ਉਸ ਗਾਣੇ ਦੇ ਉੱਪਰ ਸਾਡੇ ਮਾਡਲਸ ਨੱਚ ਰਹੀਆਂ ਨੇ, ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗੀ ਜਦੋਂ ਵੀ ਤੁਸੀਂ ਕੋਈ ਵੀ ਇਸ ਤਰੀਕੇ ਦੇ ਗਾਣੇ ਦੇ ਉੱਪਰ ਤੁਸੀਂ ਨੱਚਦੇ ਹੋ ਜਾਂ ਤੁਸੀਂ ਪ੍ਰੋਫੈਸ਼ਨਲ ਹੋ ਤਾਂ ਪਲੀਜ਼ ਗਾਣੇ ਦੇ ਜਿਹੜੇ ਬੋਲ ਆ ਉਹਨੂੰ ਜ਼ਰੂਰ ਦੇਖ ਲਿਆ ਕਰੋ। ਔਰ ਮੈਂ ਸਾਡੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਤੁਸੀਂ ਇਸ ਗਾਣੇ ਦੇ ਉੱਪਰ ਇਤਰਾਜ਼ ਲਾਓ, ਕਿਉਂਕਿ ਦੇਖੋ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਨੇ। ਅਗਰ ਕਲਚਰ ਦੇ ਵਿੱਚ ਅੱਜ ਤੁਹਾਨੂੰ ਕੋਈ ਗਾਣੇ ਦੇ ਵਿੱਚ ਭੇਡ ਕਹਿ ਕੇ ਪ੍ਰੋਨਾਊਂਸ ਕਰ ਰਿਹਾ ਤਾਂ ਬਹੁਤ ਹੀ ਸ਼ਰਮਨਾਕ ਗੱਲ ਹੈ। ਔਰ ਅਸੀਂ ਪੂਰਨ ਤੌਰ 'ਤੇ ਜੈਜ਼ੀਬੀ ਦਾ ਬਾਈਕਾਟ ਕਰਦੇ ਹਾਂ ਔਰ ਅਸੀਂ ਜੈਜ਼ੀਬੀ ਨੂੰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਲੀਗਲ ਨੋਟਿਸ ਵੀ ਭੇਜਾਂਗੇ। ਕੱਲ੍ਹ ਅਸੀਂ ਮੈਮੋਰੈਂਡਮ ਜਿਹੜਾ ADC ਸਾਹਿਬ ਨੂੰ ਦੇ ਦਿੱਤਾ ਤਾਂ ਅਸੀਂ ਜਿਹੜੀ ਮੇਲ ਹੈਗੀ ਵੂਮੈਨ ਕਮਿਸ਼ਨ ਪੰਜਾਬ ਨੂੰ ਵੀ ਦੇ ਦਿੱਤੀ ਹੈ।
ਸੈਂਟਰ ਗਵਰਨਮੈਂਟ ਨੂੰ ਵੀ ਮੇਲ ਕਰ ਦਿੱਤੀ ਹੈ ਔਰ ਅੱਜ ਰਜਿਸਟਰਡ ਲੈਟਰ ਵੀ ਉਹਨਾਂ ਦੇ ਆਫਿਸ ਦੇ ਵਿੱਚ ਪਹੁੰਚ ਜਾਣਗੇ ਔਰ ਮੈਂ ਸਰਕਾਰਾਂ ਨੂੰ ਅਪੀਲ ਕਰਦੀ ਹਾਂ ਕਿ ਜੇਜੀਬੀ ਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਔਰ ਇਸ ਗਾਣੇ ਨੂੰ ਬੈਨ ਕੀਤਾ ਜਾਵੇ। ਧੰਨਵਾਦ। ਹਾਂ ਮੈਂ ਬਾਈ ਜੀ ਰਣਜੀਤ ਸਿੰਘ ਰੂੜੇ ਕੇ ਕਲਾਂ ਬੀਕੇ ਜੋ ਲਖੋਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਰਨਾਲਾ ਅਤੇ ਬਾਈ ਜੀ ਇਹਨਾਂ ਨੇ ਕੀ ਕੀਤਾ ਬੀਬੀਆਂ ਦੇ ਖਿਲਾਫ਼ ਜੇਜੀਬੀ ਨੇ ਗਾਣਾ ਕੱਢਿਆ ਤੂੰ ਕੀ ਜਾਣਦੀ ਕਾਨੇ ਭੇਡ ਸਕੀਨਾਂ ਦੀ ਉਹ ਗਾਣੇ ਦੇ ਵਿੱਚ ਬੀਬੀਆਂ ਨੂੰ ਭੇਡਾਂ ਕਿਹਾ ਗਿਆ ਬਹੁਤ ਨਿੰਦਣਯੋਗ ਆ ਇਹਦੇ ਅਸੀਂ ਵਿਰੋਧ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਲਖੋਵਾਲੇ ਦਾ ਵਿਰੋਧ ਕਰਦੀ ਹੈਗੀ ਅੱਗੇ ਤੋਂ ਇਹ ਪੰਜਾਬ ਦੇ ਵਿੱਚ ਜਿੱਥੇ ਜਾਊਗਾ ਉਹਦਾ ਅਸੀਂ ਵਿਰੋਧ ਕਰਾਂਗੇ ਅਸੀਂ ਕੱਲ੍ਹ ਡੀ ਸੀ ਸਾਹਿਬ ਨੂੰ ਵੀ ਇਹਦਾ ਮੰਗ ਪੱਤਰ ਦਿੱਤਾ ਗਾ ADC ਸਾਹਿਬ ਨੂੰ ਅਤੇ ਉਸ ਤੋਂ ਬਾਅਦ ਜਿੱਥੇ ਵੀ ਕਿਤੇ ਇਹ ਆਊਗਾ ਉਹਦਾ ਵਿਰੋਧ ਕਰਾਂਗੇ ਪੰਜਾਬ ਦੇ ਵਿੱਚ ਆ ਦੂਜੇ ਨੰਬਰ 'ਤੇ ਇਹ ਪਰਮਾਤਮਾ ਇਹ ਬੀਬੀਆਂ ਤੋਂ ਮਾਫ਼ੀ ਮੰਗੇ ਮਾਫ਼ੀ ਮੰਗਦਾ ਤਾਂ ਠੀਕ ਆ ਨਹੀਂ ਇਸ ਦਾ ਪੂਰਾ ਪੰਜਾਬ ਦੇ ਵਿੱਚ ਕਿਤੇ ਨੂੰ ਵੜਨ ਨਹੀਂ ਦੇਵਾਂਗੇ ਭਾਰਤੀ ਅੱਗੇ ਤੋਂ ਬਾਅਦ ਜੇ ਅਸੀਂ ਸੰਯੁਕਤ ਮੋਰਚੇ ਨਾਲ ਵੀ ਗੱਲ ਕਰਾਂਗੇ ਇਸ ਵਿਸ਼ੇ 'ਤੇ ਅਤੇ ਪੰਜਾਬ ਭਰ ਦੇ ਵਿੱਚ ਇਹਦਾ ਵਿਰੋਧ ਕਰਾਂਗੇ।